ਬੜਾ ਮਨ ਦੁਖਿਆ ਜਦੋਂ ਇੱਕ ਪਰਿਵਾਰ ਦੇ ਹੀ ਜੀ ਘਗੋ ਚਲੇ ਗਏ। ਕਿੱਡੀ ਨਾਕਾਮੀ ਇਹਨਾਂ ਦੀ, ਮੌਕਸੀ ਦੇ ਵਿੱਚ ਫੁਜਰੀ। ਅੱਜ ਸੁਬਹਾ ਸੁਬਹਾ ਜਦੋਂ ਫੋਨ ਆਇਆ ਹੋਸਪਿਟਲ 'ਚੋਂ ਕਿ ਇੰਨਾ ਕੁਛ ਬੁਰਾ ਹੋਇਆ, ਜੇ ਬੜਾ ਮਨ ਦੁਖਿਆ ਜਦੋਂ ਇੱਕ ਪਰਿਵਾਰ ਦੇ ਹੀ ਜੀ ਘਗੋ ਚਲੇ ਗਏ। ਫਟਾਫਟ ਹੋਸਪਿਟਲ ਦੇ ਵਿੱਚ ਪਹੁੰਚੇ, ਮੈਂ ਆਪਣੇ ਦੋਸਤ ਨੂੰ ਲੈ ਗਿਆ ਨਾਲ ਉੱਥੇ। ਜਦੋਂ ਜਾ ਕੇ ਤੇ ਦੇਖਿਆ ਤਾਂ ਬਹੁਤ ਮਨ ਪਰੇਸ਼ਾਨ ਹੋਇਆ। ਅਸੀਂ ਡੈੱਡ ਬੋਡੀਆਂ ਸਰਕਾਰੀ ਹੋਸਪਿਟਲ ਦੇ ਵਿੱਚ ਲੈ ਕੇ ਆਏ ਹਾਂ, ਇੱਥੇ ਮੌਕਸੀ ਦੇ ਵਿੱਚ ਰਖਾਇਆ ਗਿਆ। ਪਰ ਮੈਂ ਦੇਖੋ ਤੁਹਾਨੂੰ ਪ੍ਰੈਸ ਰਿਪੋਰਟਰ ਵੀਰਾਂ ਨੂੰ ਮੈਂ ਕੀ ਕਹਾਂ, ਤੁਸੀਂ ਤਾਂ ਸਾਰੇ ਜਾਣੀ ਜਾਣੋ, ਸਾਰਿਆਂ ਨੂੰ ਤੁਹਾਨੂੰ ਪਤਾ ਹੈ ਇੱਥੋਂ ਦੇ ਹਾਲਾਤ ਕੀ ਹੈਗੇ ਆ ਕੀ ਨਹੀਂ ਹੈਗੇ, ਹੈ ਨਾ। ਕਿੱਡੀ ਨਾਕਾਮੀ ਇਹਨਾਂ ਦੀ, ਮੌਕਸੀ ਦੇ ਵਿੱਚ ਫ੍ਰਿਜ ਵੀ ਨਹੀਂ। ਸਰਕਾਰ ਐਡੀ ਨਾਕਾਮੀ ਹੈ ਕਿ ਫ੍ਰਿਜ ਵੀ ਨਹੀਂ ਰਖਵਾ ਸਕਦੀ। ਐਡੇ ਹਾਲਾਤ ਬੁਰੇ ਆ ਇੱਥੇ, ਕਿੰਨੀ ਕੁ ਵਾਰੀ ਅਸੀਂ ਗੋਲਾ ਪਾਈਏ, ਇੱਕ ਵਾਰੀ ਪਾ ਲਈਏ, ਦੋ ਵਾਰੀ ਪਾ ਲਈਏ, ਤਿੰਨ ਵਾਰੀ ਪਾ ਲਈਏ, ਅਖੀਰ ਸਾਡੇ ਵਰਗਾ ਸਮਾਜ ਸੀ ਵੀ ਜਾ ਕੇ ਘਗੇ ਬਹਿ ਜੂਗਾ, ਛੱਡੋ ਯਾਰ ਇਹਨਾਂ ਦਾ ਮੱਥਾ ਮੰਗਣਾ ਕਿੱਡਾ ਔਖਾ। ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ, ਉਹ ਕਿਸੇ ਘਰੇ ਜਿਨ੍ਹਾਂ ਦੇ ਘਰੇ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ, ਜਿਨ੍ਹਾਂ ਦੇ ਜੀ ਜਾਂਦੇ ਆ ਪਤਾ ਉਹਨੂੰ ਲੱਗਦਾ, ਅਤੇ ਜਿਹਦੇ 'ਤੇ ਬੀਤੇ ਉਹੀ ਜਾਣੇ। ਇੱਥੇ ਫ੍ਰਿਜ ਹੈ ਨਹੀਂ ਕਿ ਜਾ ਕੇ ਵੇਖੋ ਜੀ, ਫ੍ਰਿਜ ਅਸੀਂ ਸ਼ਮਸ਼ਾਨ ਘਾਟ 'ਚੋਂ ਲੈ ਕੇ ਆਏ ਹਾਂ। ਮੌਕਸੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੈੱਡ ਬੋਡੀ ਰੱਖਣ ਵਾਸਤੇ, ਉੱਤੋਂ ਕਹਿੰਦੇ ਜੀ ਫ੍ਰਿਜ ਤੋਂ ਵੀ ਇੰਤਜ਼ਾਮ ਕਰ ਲਓ ਜੀ। ਇਹਨਾਂ ਦੇ ਘਰ ਦੇ ਵਿੱਚ ਆ ਕੇ ਗਏ ਅਤੇ ਸ਼ਮਸ਼ਾਨ ਘਾਟ 'ਚੋਂ ਫ੍ਰਿਜਾਂ ਲੈ ਕੇ ਆਏ। ਬਹੁਤ ਮਾੜੀ ਗੱਲ ਹੈ, ਪ੍ਰਸ਼ਾਸਨ ਵਾਸਤੇ ਮਾੜੀ ਗੱਲ ਹੈ ਅਤੇ ਸਰਕਾਰ ਵਾਸਤੇ ਮਾੜੀ ਗੱਲ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰੀ ਹੋਸਪਿਟਲ ਦਾ ਵੱਲ ਧਿਆਨ ਦਿੱਤਾ ਜਾਵੇ, ਸ਼੍ਰੀ ਮੁਕਤਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਹੈ। ਬਿਲਡਿੰਗਾਂ ਵੱਡੀਆਂ ਵੱਡੀਆਂ ਪਰ ਸੁਵਿਧਾ ਨਹੀਂ ਹੈਗੀ, ਬਿਲਡਿੰਗਾਂ ਨਵੀਆਂ ਬਣੀ ਜਾਂਦੀਆਂ ਬਾਗ, ਤੁਹਾਨੂੰ ਤਾਂ ਸਾਰਾ ਪਤਾ ਹੀ ਹੈ, ਰੋਜ਼ਾਨਾ ਤੁਸੀਂ ਆਉਂਦੇ ਹੋ, ਤੁਸੀਂ ਵੀ ਆਉਂਦੇ ਹੋ, ਸਾਡੇ ਵੀ ਗੇੜੇ ਲੱਗਦੇ ਰਹਿੰਦੇ ਆ। ਨਵੀਆਂ ਬਿਲਡਿੰਗਾਂ ਪਰ ਨਹੀਂ, ਸਹੂਲਤਾਂ ਜਮ੍ਹਾਂ ਨਹੀਂ। ਜੇ ਹੋ ਜੇ ਤਾਂ ਹੱਥ ਜੋੜਦਾ ਤੁਹਾਡੇ ਅੱਗੇ, ਕਰ ਦਿਓ ਸਰਕਾਰੀ ਹਸਪਤਾਲ ਦਾ ਕੋਈ ਹੱਲ ਕਰ ਦਿਓ, ਲੋਕਾਂ ਕੋਲ ਇਲਾਜਾਂ ਲਈ ਪੈਸੇ ਨਹੀਂ ਹੈ, ਜਿਨ੍ਹਾਂ 'ਤੇ ਬੀਤਦੀਆਂ ਉਹਨਾਂ ਨੂੰ ਪਤਾ ਹੋ। ਵੀਰੇ ਅੱਜ ਇੱਕ ਐਕਸੀਡੈਂਟ ਹੋਇਆ ਅਤੇ ਜਿਹਦੇ ਵਿੱਚ ਇੱਕ ਫੈਮਿਲੀ ਦੇ ਮਾਂ ਅਤੇ ਪੁੱਤ ਅਤੇ ਇੱਕ ਉਹਨਾਂ ਦਾ ਦੋਸਤ ਦੀ ਡੈੱਥ ਹੋ ਗਈ ਆ, ਕੀ ਕਹਿਣਾ ਚਾਹੋਗੇ? ਕਿੱਥੋਂ ਦੇ ਲੋਕ ਸੀ, ਕੌਣ ਸੀ, ਕਿੱਥੋਂ ਆ ਰਹੇ ਸੀ? ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਕਰਨ ਲੱਗੇ ਕਿ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਮੁਕਤਸਰ ਸ਼ਹਿਰ ਦੇ ਵਿੱਚ, ਜਿਹੜਾ ਕਿ ਅੱਜ ਐਡਾ ਵੱਡਾ ਕਹਿਰ ਟੁੱਟਿਆ, ਜਿਹਦੇ ਵਿੱਚ ਇੱਕ ਮੁਖਤਿਆਰ ਟੇਲਰਸ ਦੇ ਨਾਮ 'ਤੇ ਗੁਰਪ੍ਰੀਤ ਸਿੰਘ ਉਰਫ ਗੋਪੀ, ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਅਤੇ ਉਹਨਾਂ ਦੇ ਮਤਲਬ ਮੰਮੀ, ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ, ਅਤੇ ਇੱਕ ਉਹਨਾਂ ਦਾ ਦੋਸਤ ਹੈ ਜਸਕਰਨ ਸਿੰਘ, ਉਹਨਾਂ ਦੀ ਵਾਈਫ ਆ ਲੰਬੀ ਤੋਂ, ਜਸਕਰਨ ਸਿੰਘ ਅਤੇ ਉਹਨਾਂ ਦੀ ਵਾਈਫ ਲੰਬੀ ਤੋਂ, ਇਹ ਪੰਜ ਜਣੇ ਕਾਰ ਦੇ ਵਿੱਚ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ। ਇਹਨਾਂ ਦਾ ਸੁਬਹਾ ਅੱਜ ਐਕਸੀਡੈਂਟ ਹੋ ਗਿਆ, ਜਿਹੜੀ ਇਹਨਾਂ ਦੀ ਆਪਦੀ ਪਰਸਨਲ ਕਾਰ ਸੀ ਉਹਦੇ ਨਾਲ, ਉਹਦਾ ਦਰਖਤ ਦੇ ਵਿੱਚ ਵੱਜਣ ਕਾਰਨ, ਜਿਹਦੇ ਵਿੱਚ ਕਿ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ। ਗੁਰਪ੍ਰੀਤ ਸਿੰਘ ਗੋਪੀ, ਜਸਕਰਨ ਸਿੰਘ, ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਅਤੇ ਉਹਨਾਂ ਦੇ ਫਾਦਰ ਸਾਹਿਬ, ਠੀਕ ਹੈ ਜੀ। ਜਿਹੜੀ ਉਹਨਾਂ ਦੀ ਜਸਕਰਨ ਦੀ ਵਾਈਫ, ਉਹ ਅਜੇ ਸੀਰੀਅਸ ਪਏ ਨੇ ਬਾਂਸਲ ਹੋਸਪਿਟਲ ਦੇ ਵਿੱਚ। ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹੋਸਪਿਟਲ ਪਹੁੰਚੇ ਹਾਂ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ, ਉੱਥੇ ਜਿਹੜੀਆਂ ਡੈੱਡ ਬੋਡੀਆਂ ਰੱਖਣ ਨੂੰ ਜਿਹੜੀ ਜਗ੍ਹਾ, ਉਹ ਸਿਰਫ ਦੋ ਹੀ ਫਰਿੱਜਾਂ ਉਹ ਕਹਿੰਦੇ ਚਾਲੂ ਆ। ਸਾਡੇ ਤੋਂ ਪਹਿਲਾਂ ਇੱਕ ਡੈੱਡ ਬੋਡੀ ਲੱਗੀ ਹੋਈ ਸੀ, ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ, ਬਾਕੀ ਜਿਹੜੀਆਂ ਡੈੱਡ ਬੋਡੀਆਂ ਵਾਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ, ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਿਖਾ ਲਿਆ ਵੀ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਵਾਸਤੇ ਅਸੀਂ ਪ੍ਰਬੰਧ ਫਰਿੱਜਾਂ ਦਾ ਆਪ ਕਰਾਂਗੇ। ਸਾਡੀ ਸਰਕਾਰ ਨੂੰ ਵੀ ਅਪੀਲ ਹੈ, ਇਹੋ ਜਿਹੇ ਮੰਦਭਾਗੇ ਜਿਹੜੀ ਘਟਨਾ, ਪਹਿਲੀ ਗੱਲ ਤਾਂ ਕਿਸੇ 'ਤੇ ਘਟੇ ਹੀ ਨਾ, ਅਗਰ ਕਿਸੇ 'ਤੇ ਘਟਦੀ ਹੈ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ, ਫਰਿੱਜਾਂ ਦਾ ਪ੍ਰਬੰਧ ਕਰੂਗਾ ਜਾਂ ਕੁਛ। ਹਾਂਜੀ, ਓਕੇ।
ਰਾਮਾ ਮੰਡੀ ਤੋਂ ਨਾ ਜਗਰਾਤੇ ਤੋਂ ਆ ਰਹੇ ਸੀ ਕਾ ਆਪਣੀ ਕਾਰ ਤੇ, ਦਰਸ਼ਨ ਸਿੰਘ ਦਾ ਪਰਿਵਾਰ, ਇਹ ਆਉਂਦਿਆਂ ਉਹਨਾਂ ਦੀ ਅੱਖ ਲੱਗ ਗਈ ਕਿਤੇ ਮਹਿੰਦਰ ਸਿਰਾਜ ਦਾ, ਅਤੇ ਗੱਡੀ ਬੁੱਟਰ ਸਿੰਘ ਪਿੰਡ ਕੋਲ ਕਿੱਕਰ 'ਚ ਵੱਜੀ ਗੱਡੀ, ਗੱਡੀ ਵੱਜਣ ਕਰਕੇ ਇੱਕ ਤਾਂ ਜਸਵਿੰਦਰ ਕੌਰ ਦਰਸ਼ਨ ਸਿੰਘ ਪਤਨੀ ਹੈ ਅਤੇ ਗੁਰਪ੍ਰੀਤ ਸਿੰਘ ਲੜਕਾ ਦਾ ਇਹਦੀ ਡੈਥ ਹੋ ਗਈ ਹੈ, ਇੱਕ ਜਸਕੰਦ ਸਿੰਘ ਇਹ ਦੋਸਤ ਦਾ ਸੀ ਗੁਰਪ੍ਰੀਤ ਦਾ, ਇਹ ਆਪਣੇ ਲੰਬੀ ਢਾਬ ਤੋਂ ਇਹਦੀ ਮੌਤ ਹੋ ਗਈ ਹੈ, ਦੋ ਸੀਰੀਅਸ ਨੇ, ਇੱਕ ਨੂੰ ਬਠਿੰਡੇ ਰੈਫਰ ਕਰਤਾ ਅਤੇ ਇੱਕ ਊਸ਼ਾ ਹੋਸਪਿਟਲ ਇਲਾਜ ਚੱਲ ਰਿਹਾ। ਇਹ ਕਾਰਵਾਈ ਦੇ ਬਿਆਨ ਜੋ ਉਹਨੇ ਕਰਦੇ ਬਿਆਨ ਨੇ ਉਸ ਹਿਸਾਬ 'ਤੇ ਕਾਰਵਾਈ ਕੀਤੀ ਹੈ।